ਉਸਕੇ ਬਾਅਦ ਕੋਈ ਪਤਾ ਨਹੀਂ ਲੱਗਿਆ ਜੀ ਕਬ ਟਕਰਾ ਗਈ ਗੱਡੀ। ਕਿਆ ਨਾਮ ਜੀ ਆਪਣਾ? ਜਗਿੰਦਰ ਸਿੰਘ। ਕਾਗਰੇਨੇ ਵਾਲੇ ਹੋ? ਦੇਸੂ ਖੁਰਦ। ਕਿਆ ਪੂਰਾ ਮਾਮਲਾ ਹੋਇਆ ਹੈ? ਮਾਮਲਾ ਤਾਂ ਇਹ ਹੋਇਆ ਜੀ, ਆਪਣੇ ਭਾਈ ਸਾਹਿਬ ਰੋਣ ਗਾਮ ਆ ਜੀ, ਉੱਥੇ ਖੜ੍ਹੇ ਹੋਏ ਸੀਗੇ, ਇੱਕ ਨਾਲ ਹੋਰ ਬੈਠਾ ਸੀਗਾ ਆਪਣੇ ਕੁਰਸੀਆਂ 'ਤੇ ਅਤੇ ਬੈਠੇ ਉੱਥੇ, ਉਹ ਖੜ੍ਹਾ ਸੀਗਾ ਅਤੇ ਪਿੱਛੋਂ ਗੱਡੀ ਆਈ ਆਪਣੇ ਕਾਲਿਆਂ ਵਾਲੀ ਕੰਨਿਓਂ ਫੱਗੂ ਵਾਲੀ ਸਾਈਡ ਤੋਂ, ਅਤੇ ਉਹਦੇ ਵਿੱਚ ਹੀ ਮਾਰੀ ਜੀ ਗੱਡੀ ਖੜ੍ਹੇ ਦੇ ਆ ਕੇ। ਹਾਂ, ਵਿੱਚ ਮੈਂ ਗੱਡੀ ਮਾਰੀ। ਹਾਂ, ਰੋਡ ਦੇ ਪਾਸ ਹੀ ਖੜ੍ਹਾ ਸੀ, ਇਧਰਲੇ ਪਾਸੇ ਕੱਚੇ ਜੀ ਖੜ੍ਹਾ ਸੀ ਪਰੇ। ਹਾਂ, ਉਹਨੇ ਕੱਚੇ ਲਾ ਕੇ ਗੱਡੀ ਉੱਤੇ ਵੱਜੀ ਉਹਦੇ ਵਿੱਚ, ਉਹਦੇ ਸਰੀਰ ਦਾ ਧੌਣ ਵੀ ਟੁੱਟੀ ਆ, ਇੱਕ ਲੱਤ ਟੁੱਟੀ ਆ, ਟੂਈ ਦੀ ਕੰਗਰੋਲ ਟੁੱਟੀ ਆ, ਜੇ ਵੀ ਟੂਈ ਟੁੱਟੀ ਹੋਈ ਆ ਉਹਦੀ ਭਾਈ ਸਾਹਿਬ ਦੀ। ਅਤੇ ਬਾਕੀ ਗੱਡੀ ਵਾਲੇ ਨੇ ਵੇਖਿਆ ਨਹੀਂ ਜੀ ਵੀ ਕੀ ਗੱਲ ਆ, ਕਿਵੇਂ ਆ, ਕਿਵੇਂ ਨੇ ਖੜ੍ਹੇ ਬੰਦੇ, ਕੰਨੀ ਦਾ ਦੇਖੇ ਹੀ ਨਹੀਂ, ਇੰਨੀ ਦੂਰ ਮਾਰਿਆ, ਚਾਰ ਪੰਜ ਕਰਮਾ ਸਿੱਟਿਆ ਦੂਰ। ਛੋਟੇ ਭਾਈ ਸੀ, ਹਰਬੰਸ ਸਿੰਘ, ਮਜ਼ਦੂਰੀ ਕਰਦੇ ਸੀ। ਉਹਦੀ ਉਮਰ ਹੈਗੀ 60-61 ਦੀ, 60-62 ਸਾਲ। ਹਾਂ, ਗੱਡੀ ਵਾਲਾ ਮੌਕੇ 'ਤੇ ਫਰਾਰ ਹੋ ਗਿਆ। ਨਹੀਂ, ਉਹਦਾ ਕੁਛ ਕੁਛ ਨੰਬਰ ਦਾ ਪਤਾ ਲੱਗਿਆ ਜੀ, ਗੱਡੀ ਦਾ ਕੈਮਰੇ ਦੇਖਾਂਗੇ ਨਾ, ਗੱਡੀ ਦਾ ਪਤਾ ਲੱਗ ਜੂਗਾ। ਕਿਆ ਨਾਮ ਆਪਕਾ? ਕੁਲਦੀਪ ਸਿੰਘ। ਕੁਲਦੀਪ ਜੀ, ਕੈਸੇ ਇਹ ਪੂਰਾ ਹਾਦਸਾ ਹੋਇਆ, ਕਿਆ ਕੁਝ ਜਾਣਦੇ? ਬੱਸ ਸਟੈਂਡ 'ਤੇ ਖੜ੍ਹੇ ਸੀ, ਬੱਸ ਕੈਂਟੀ ਵਾਲੇ ਜੀ, ਅਤੇ ਇੱਕ ਗੱਡੀ ਚੱਲ ਕੇ ਆਇਆ ਸੀ ਜੀ ਕਾਲਾਂ ਵਾਲੀ ਸੇ ਸਰਦੂਰਗੜ੍ਹ ਦੀ ਤਰਫ ਸੇ ਜੀ। ਉਸਨੇ ਕੋਈ ਨਸ਼ਾ ਕੀਆ ਸੀ, ਕੈਸੇ ਪਤਾ ਨਹੀਂ ਵੀ ਉਸਕਾ ਕੋਈ ਹੋਰ ਧਿਆਨ ਉਠਕ ਗਿਆ। ਡੈਡੀ ਕੇ ਸਾਥ ਇੱਕ ਮੇਰਾ ਤਾਇਆ ਜੀ ਖੜ੍ਹੇ ਸੀ, ਬੈਠੇ ਤੇ ਕੁਰਸੀ 'ਤੇ, ਮੈਂ ਵੀ ਬੈਕ ਸਾਈਡ ਖੜ੍ਹਾ ਸੀ ਜੀ। ਸਾਨੂੰ ਤਾਂ ਬਸ ਉਸਕੇ ਬਾਅਦ ਕੋਈ ਪਤਾ ਨਹੀਂ ਲੱਗਿਆ ਜੀ ਕਬ ਟਕਰਾ ਗਈ ਗੱਡੀ। ਤੋ ਫਾਦਰ ਹੈ ਆਪਕੇ, ਜਿਨਕੇ ਚੋਟ ਲੱਗੀ? ਹਾਂਜੀ। ਕਿਆ ਨਾਮ ਕਿਆ ਹੁਣ ਕਾ? ਹਰਵੰਸ ਸਿੰਘ। ਤੋ ਆਪਕੀ ਸ਼ਾਦੀ ਕੇ ਲਈ ਜਾ ਰਹੇ ਥੇ ਕਾ? ਨਹੀਂ ਨਹੀਂ, ਰਿਸ਼ਤੇਦਾਰੀ ਮੇਂ। ਅੱਛਾ, ਰਿਸ਼ਤੇਦਾਰ ਮੇਂ ਸ਼ਾਦੀ ਮੇਂ ਜਾ ਰਹੇ ਹੋ? ਹੂਆ ਕੇ ਦੋਤੇ ਕੀ ਸ਼ਾਦੀ ਸੀ। ਤੋ ਅਚਾਨਕ ਟੱਕਰ ਮਾਰ ਕੇ ਬਫਰਾਰ ਹੋ ਗਏ? ਹਾਂਜੀ। ਛੋਟੇ ਕਾ ਹੈ? ਛੋਟੇ ਪੂਰੀ ਬੋਡੀ ਮੇਂ, ਪੂਰੀ ਬੋਡੀ ਮੇਂ। ਹਾਂ, ਗਰਦਨ ਟੁੱਟ ਗਈ ਜੀ, ਦੋਨੇ ਲੱਤ ਟਾਂਗੇ ਟੁੱਟ ਗਏ। ਛੇ ਰੰਗ ਕੀ ਗਾੜੀ ਸੀ। ਬਸ ਨੰਬਰ ਪਤਾ ਚਲਾ ਹੈ? ਹਾਂਜੀ। ਕਿੰਨੇ ਦਿਨ ਲਈ ਹੋ ਆਪ? ਅਸੀਂ 4 ਵਾਰ ਗਏ।